ਬੀਬੀਆਂ ਦੇ ਮੈਂ ਕੋ ਬਾਗ ਫਿਦਕ ਦਾ ਲਾਲਾ ਚੰਨਾ ਦਰ ਅਸਲੀ ਗਹਲੀ ਬਈਆ ਮੇਰੇ ਹਸਾਲ ਹੁਸੈਨ ਦੇ ਕਤਲ ਦੀਆਂ ਉੱਥਾ ਮੋਹਰਾਂ ਲੱਗਦੀਆਂ ਹੱਥ ਨਾ ਬਾਤ ਮੇਰੀ ਮਜਾਲ ਸਦਕਾ ਬੀਬੀ ਬਤੂਲ ਜ਼ਖਮੀ ਪਾਸੇ ਦਾ ਅਜਰ ਬਿਮਾਰ ਇਨ ਮੌਲਾ ਸਿਹਤ ਰਹੇ ਬਿਲਖਸੂਸ ਮੇਰਾ ਬਾਬਾ ਮੁਹਤਾਜ ਮੌਲਾ ਅੱਖਾਂ ਦੀ ਬਿਨਾ ਹੀ ਵਾਪਸ ਫਰਮਾਵੇ ਧੀਆਂ ਦੇ ਮੁਕੱਦਰ ਚੰਗੇ ਹੋਵੇ ਪੁੱਤਰਾਂ ਦੀਆਂ ਸ਼ਾਇਆਂ ਹੋਵੇ ਸ਼ਰਕ ਦੁੱਖ ਨਾ ਦੇਖੋ ਹੱਥ ਨਾ ਬਾਤ ਮੇਰੀ ਮਜਾ ਲੈ ਮੈਂ ਲੱਖ ਦਫਾ ਰਾਜਾ ਜਿੰਨਾ ਰੋਂਦੀ ਵਲੀ ਹੈ ਬਤੂ ਜਿਹੜਾ ਬੰਦਾ ਮੇਰੋ ਡੇਗ ਸੀ ਹੁੰਦੀ ਹੈ ਨਿਕਲ ਪੋ ਸੀ ਅੱਲਾ ਗਵਾਏ ਮਾਤ ਨਿਗਾ ਬੀਬੀ ਜ਼ੈਨਬ ਦੀ ਪਈ ਹੈ ਡਰਾ ਜ਼ਾ ਵਰ ਗਿਆ ਦੀ ਘੜੀ ਜ਼ਈਫਾ ਜਿਹੜੇ ਬਸ ਤੂੰ ਪਿਆ ਨੀ ਹੈ ਇਹਨਾਂ ਹੀ ਮੇਰੀ ਮਾਂ ਹੀ ਗਈ ਹੈ ਵਾਹ 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 ਬੜੀ ਰੂਹਾਨੀਅਤ ਬੀਬੀ ਬਤੂ ਡੱਡਾ ਸਾ ਵਰ ਗਿਆ ਦੀ ਜ਼ੈਨਬ ਮੈਨੂੰ ਸੁਜਾਨ ਮੈਂ ਤੇਰੀ ਅੰਮਾ ਬਤੂਲਾ ਅੰਮਾ ਗਈ ਐਵੇਂ ਤਵਾਲ ਸਿਆਣੀ ਵੱਲੀਆਂ ਤਾਂ ਸਫੈਦ ਅੰਮਾ ਸੱਜ ਰਸਾ ਹੱਕ ਨੀ ਨੈਣੀ ਦਾ ਤੋਂ ਵਧੀ ਰੋਣੀ ਬੀਬੀ ਆ ਦੇ ਜ਼ੈਲਾ ਵੀ ਗੱਲ ਦਾ ਤਾਂ ਤੈਨੂੰ ਪਤਾ ਹੈ ਮੈਂ ਕੋ ਬਾਗ ਫਿਦਕ ਦਾ ਲਾਲਾ ਚ ਨਹੀਂ ਤੇ ਦਰ ਅਸਲੀ ਗਾਲੀ ਬਈਆ ਮੇਰੇ ਹਸਨ ਹੁਸੈਨ ਦੇ ਕਤਲ ਦੀਆਂ ਉੱਤਾਂ ਮੋਹਰਾਂ ਲੱਗਦੀਆਂ ਬਾਬਾ ਮੁਹੰਮਦ ਹੁਸੈਨ ਜਿਹੜਾ ਬੰਦਾ ਰੁਨਾ ਕਢਾ ਨਹੀਂ ਉਹਦੀ ਮੈਂ ਹੈ ਸੁਣਨਾ ਚਾਹਨਾ ਬੀਬੀ ਬਤੂਲ ਰੋਵੇ ਮੋਮਨ ਕਿਵੇਂ ਨਾ ਰੋਵਣ ਬੀਬੀ ਬਤੂਲ ਰੁਨੀਏ ਧੀ ਆਲੀਏ ਤੇ ਗੱਲ ਚ ਬਾਵਾਂ ਪਾਤੀਆਂ ਬੀਬੀ ਆਦੀਏ ਔਖੇ ਸੌਖੇ ਪੁੱਤਰ ਨਿਭਾਵੇ ਦਿਲ ਤੇ ਨਹੀਂ ਕੈਦ ਨਿਭੇਂਦੀਆਂ ਦੀਆਂ ਹੱਕ ਨਹੀਂ ਦੇਂਦੇ ਤਾਂ ਲਾਡੇ ਵੇਲ ਉਹ ਕੈਦਾ ਲਿਖ ਦੇਣਾ ਹੱਕ ਨਾ ਦੇਵੇ ਲਾਏ ਤਾਂ ਨਾ ਖੇਣਾ ਮੁਹੰਮਦ ਦੀ ਮਸਲੇ ਤੋਂ ਭੁੱਲ ਗਈ ਹੈ ਹੱਕ ਨਾ ਦੇਵੇ ਲਾਏ ਨਾ ਖੇਣਾ ਮੁਹੰਮਦ ਦੀ ਕੋ ਗਵਾਹ ਪੇਸ਼ ਕਰ ਉਥੇ ਚਾਬੀ ਲਾਵਿਆ ਯਾਰ ਸਿਆਣਾ ਥੀਵਿਆ ਤੂੰ ਹੀ ਬਿਸਮਿਲ੍ਲਾ ਕਰਾਂ ਜ਼ਿੰਦਗੀ ਆਵੇਂ ਹਯਾਤੀ ਆਵੇਂ ਬਜ਼ੁਰਗ ਜੀਵੇਂ ਜਿਹੜਾ ਕਦਾ ਨੀ ਰੁਨਾ ਉਹ ਬੰਦਾ ਸੱਚ ਆਵੇ ਮੈਨੂੰ ਦੇਖ ਨਿਕਲਣਾ ਪਵੇ ਨੋ ਅੱਖਾਂ ਜਿਹੜੀਆਂ ਬੀਬੀ ਬਤੂਲ ਦਗਾ ਮਜਬੂਰ ਨਾਮ ਨਥੀ ਉਹ ਕਿਸੇ ਤਾਰੇ ਜਿਹੜੀ ਮੈਂ ਹੁਣ ਪੜਨੀ ਅੰਮਾ ਅੰਮਾ ਮਿਹਰਬਾਨੀ ਕਰ ਮੈਂ ਕੋ ਦਰਬਾਰ ਦੀ ਸਾਰੀ ਹਾਲਤ ਸੁਣਾਓ ਬੀਬੀਆਂ ਦੇ ਮਰਵੇ ਸੇ ਬਰਦਾਸ਼ਤ ਨ ਕਰੇ ਸੇ ਅੰਮਾ ਸਬਰ ਕਰੇ ਸਾਂ ਦਰਬਾਰੀ ਕਿਆ ਡਿਠਾਵੇ ਇੱਕੋ ਦਫਾ ਮੈਨੂੰ ਡਿਖਾਏ ਬੀਬੀ ਬਤੂਲਾ ਦੇ ਸ਼ਬੀਰ ਕੋਈ ਦਾ ਮੈਂ ਦੇਖਿਆ ਅੱਜ ਮੈਂ ਦਰਬਾਰ ਵਿੱਚ ਜਿਹੜਾ ਰੰਗ ਦਰਬਾਰ ਦਾ ਲੈ ਗਈਆ ਤੇਰੀ ਚਾਦਰ ਬਚਣ ਤੇ ਬਜ਼ਾਰੇ ਵਜਣਾ ਦਰਬਾਰ ਵਜਣਾ ਤੇ ਪੰਦਰਾਂ ਪੰਦਰਾਂ ਭਾਗ ਸੁਣਦੀਆਂ ਤੇ ਪੱਥਰ ਝਲਣੇ ਬੇਗੈਰਤ ਲੋਕ ਪੱਥਰ ਮਾਰ ਕੇ ਅੱਗ ਜਲਾਈਆ ਬਾਗੀ ਦੀ ਵੱਡੀ ਭੈਣ ਬਾਣੀ ਦਾ ਖਲੂਸ ਹਰ ਮੋਮਨ ਦੀ ਅੱਖ ਬੀਬੀ ਬਤੂਲ ਦੇ ਗਮ ਵਿੱਚ ਪੂਰਨਮ ਹੋ ਗਈ ਹੈ ਕੱਛੀ ਦਾ ਕਰਾਂ
ਵੈਣ ਮਸਾਹਿਬ ਦੀ ਅਤਾ ਹੈ ਬਿਸਮਿਲ੍ਲਾ ਕਰਾਂ ਤੁਹਾਡੀ ਜ਼ਿੰਦਗੀ ਹੋਵੇ ਤੁਹਾਡੇ ਪੁੱਤਰ ਜਿਵੇਂ ਮੋਮਨ ਜਿਵੇਂ ਕਦਰਦਾਨ ਜਿਵੇਂ ਸਾਰਿਆਂ ਦੀ ਤੋਫੀਕਾਤ ਚ ਮਰ ਵੈਸੇ ਬੀਬੀ ਬਤੂਲ ਦਾ ਮਸਾਹਿਬ ਤੇਰੇ ਕੋਲ ਬਰਦਾਸ਼ਤ ਕੋਈ ਕੱਛੀ ਦਾ ਜ਼ਾਕਰਾਂ ਵੱਡਾ ਲੰਬਾ ਮਸਾਹਿਬ ਹੈ ਬੀਬੀ ਬਤੂਲ ਦਾ ਤੂੰ ਆਦੇ ਬੀਬੀ ਬਤੂਲ ਸੁਣਾ ਮੈਂ ਕੁੜਸਾ ਮੈਂ ਕਿਵੇਂ ਪੜਾ ਜਿੰਦਿਆ ਪਿਓ ਤਾਜ਼ੀਮਾ ਕਰਨ ਦਾ ਤ੍ਰੈ ਘੰਟੇ ਬਿਤਾਲੇ ਮਿੰਟ ਬੀਬੀ ਬਤੂਲ ਖੜੀ ਰਹੀ ਰੋ ਰੋ ਕੇ ਆਦੀ ਰਹੀ ਮੈਨੂੰ ਸੁਝਾਣ ਮੈਂ ਤੇਰੀ ਨਬੀ ਦੀਦੀ ਆਇਆ ਦੇ ਨਬੀ ਵਿਰਸਾ ਨਹੀਂ ਰੱਖੇ ਦੇ ਬੀਬੀ ਆਦੇ ਤੇਰੀ ਦੀ ਹੱਕ ਗਿਨੇ ਮੈਂ ਮੁਹੰਮਦ ਦੀਦੀ ਖਾਲੀ ਬੰਨਾ ਅੱਲਾ ਮਾਨ ਆਦਕ ਗਵਾਣੀ ਤਾਂ ਪੇਸ਼ ਕਰ ਅੱਲਾ ਦੀ ਕਸਮ ਚਾ ਕਹਿਦਾ ਪੀਆ ਮਾਂ ਜਿਹੜੀ ਗਰੀਬ ਹੋਵੇ ਮਰ ਵੇਂਦੀ ਏ ਪੁੱਤਰਾਂ ਦੀ ਕਸਮ ਨਹੀਂ ਚੈਂਦੀ ਸੱਜੇ ਅਸਾਂ ਲਈ ਕਬੇ ਉਸੇ ਲਈ ਬੀਬੀ ਜੂਆ ਪੁੱਤਰਾਂ ਦੇ ਸੱਤ ਹੱਥ ਰੱਖਿਆ ਗਏ ਮੈਂ ਕੋਈ ਨਾ ਦੀ ਕਸਮ ਹੈ ਮੈਂ ਨਬੀ ਦੀਦੀ ਆ ਮੈਂ ਕੋ ਖਾਲੀ ਨਵਲਾ ਮੈਂ ਬਹੁ ਵੱਡੀ ਸੱਚੀ ਆ ਇਹ ਆਦੇ ਨਹੀਂ ਨਾ ਨਸਲ ਛੋਟੇ ਬੀਬੀ ਬਤੂ ਠੱਡਾ ਸਾਬਰ ਹੈ ਬਿਸਮਿਲ੍ਲਾ ਕਰਾਂ ਅੱਲਾ ਗਵਾਏ ਬੀਬੀ ਬਤੂ ਰੁਨੀ ਰੋ ਕੇ ਫਰਮੇ ਦੇ ਹੱਕ ਨਾ ਦੇ ਮੇਰੇ ਪਾ ਗਵਾਨ ਜੁਠਲਾ ਮੈਂ ਸਦਕੇ ਮੈਂ ਸਦਕੇ ਮੈਂ ਸਦਕੇ ਮੈਂ ਸਦਕੇ ਮੈਂ ਕੋਈ ਆਪ ਕੌਣ ਹਾਏ ਮੈਂ ਸਦਕੇ ਥੀ ਵੰਜਾ ਮੈਂ ਕੁਰਬਾਨ ਥੀ ਵੰਜਾ ਕਦਰਦਾਨਾਂ ਦਾ ਮਜਮਾ ਔਖਾ ਵੈਣ ਮਲੰਗ ਜਰਮ ਹੁਣ ਪਲਣਾ ਹੈ ਪਤਾ ਨੀ ਬੰਦ ਲਿਖਾ ਕਹੇ ਕੋਈ ਰੂਹਾਨੀਆ ਤਲਬ ਬੰਦੇ ਮੈਂ ਪੜਦਾ ਜ਼ਰੂਰ ਆ ਮਤਾ ਕਹਿ ਮੁਕਾਣੀ ਦੀ ਹੈ ਨਿਕਲਦੀ ਹੋਵੇ ਉਹ ਲਿਖ ਗਏ ਇਸਲਾਮ ਦੇ ਦੋ ਦਰਬਾਰਾਂ ਵਿੱਚ ਤੇ ਡੂਬੀ ਬੀਆਂ ਦਾਖਿਲ ਇੱਕ ਦੀ ਨਬੀ ਦੀ ਦੂਜੇ ਦੀ ਵੀ ਅਲੀ ਦੀ ਹਾਨੀ ਡੂਏ ਮਵਾ ਮਾਤਰ ਖਲਟੇ ਦੀ ਤ੍ਰੇਣੀ ਪੂਰੇ ਓਏ ਨਿਰਵਾਰਨ ਦੇ ਦੀਆ ਰਹੀਆ ਜਨਮ ਮੌਤ ਆਈਏ ਹਾਨੀ ਡੂਏ ਜ਼ਖਮੀ ਵਿੱਚ ਕਫਨ ਦੇ ਰੋਂਦੀਆਂ ਮਾਜ਼ਾ ਵੀ ਦੇ ਦਰਬਾਰ ਗਈ ਆਈ ਦੀ ਜਰਾ ਵੀ ਦੇ ਦਰਬਾਰ ਗਈ ਏ ਮਾਕ ਮੰਗਦੀ ਰਹੀ ਏ ਦੀ ਚਾਦਰ ਮੰਗਦੀ ਰਹੀ ਏ ਮਾਂ ਨੂੰ ਅੱਗ ਨਹੀਂ ਮਿਲਾ ਦੀਨ ਚਾਦਰ ਨਹੀਂ ਮਿਲੀ ਮਾਂ ਦਾ ਪਾਸ ਜ਼ਖਮੀਆ ਦੀ ਦਾ ਸਰ ਜ਼ਖਮੀਆ ਕੁਰਾਨ ਦੀ ਕਸਮ ਏ ਮਾਂ ਤਾਂ ਗਈ ਆਈ ਮਾਂ ਦੇ ਬਿਰਾ ਕੋਈ ਨੇ ਦੀ ਤਾਂ ਗਈ ਏ ਦੀ ਦੇ ਸਾਰੇ ਬਿਰਾ ਮਾਰ ਗਏ ਖੜ ਬਈ ਖੜ ਬਈ ਅੱਲਾ ਮਾਨ ਅੱਲਾ ਮਾਨ ਜ਼ਵਾਰ ਬਾਬਾ ਬੜੀ ਰੂਹਾਨੀਅਤ ਹੈ ਹਰ ਮੋਮਨ ਰੋ ਪੀਏ ਯੱਕੇ ਬਾਅਦ ਦੀਗਰ ਕਾਫੀ ਸਾਲਾਂ ਤੋਂ ਮਜਲਿਸ ਸਜ਼ਾ ਦੀ ਹਾਜ਼ਰੀ ਮੇਰੀ ਹੁੰਦੀ ਹੈ ਮਾਂ ਹਸਨ ਹੁਸੈਨ ਦੀ ਸਾਰਿਆਂ ਦੀ ਤੋਫੀਕਾਤ ਵਿੱਚ ਇਜ਼ਾਫਾ ਫਰਮਾਵੇ ਇਮਾਮ ਜ਼ਮਾਨਾ ਬਿਮਾਰਾਂ ਨੂੰ ਸ਼ਿਫਾ ਕੁਲੀ ਅਤਾ ਫਰਮਾਵੇ ਮੌਲਾ ਬੇਰਿਜ਼ਕਾਂ ਕੋ ਰਿਜ਼ਕ ਹਲਾਲ ਅਤਾ ਫਰਮਾਵੇ ਮੇਰੀ ਅੰਮੀ ਬਿਮਾਰ ਹੈ ਦੁਆ ਕਰੇ ਮੌਲਾ ਸ਼ਿਫਾ ਕੁਲੀ ਅਤਾ ਫਰਮਾਵੇ।